ਪੁੱਛਿਆ ਕਿ ਉਹਦੇ ਸਥਾਨ ਤੇ ਜਦੋਂ ਤੇ ਇਹਨਾਂ ਨੂੰ ਪੈਸਾ ਜਾਂਦਾ ਆ ਉਦੋਂ ਕੋਈ ਉੱਤੇ ਇਨਕੁਆਰੀ ਨਹੀਂ। ਤੇ ਜੇ ਸਿੱਖ ਦਸਵੰਧ ਕੱਢ ਕੇ ਕਿਸੇ ਵਿਅਕਤਾ ਤੇ ਜਿੱਥੇ ਸਰਕਾਰ ਨੂੰ ਦੁੱਖ ਲੱਗਦਾ ਹੋਵੇ ਉੱਥੇ ਪੈਸਾ ਜੇ ਭੇਜਦੇ ਆ ਤਾਂ ਉਹਨਾਂ ਦੇ ਜਨੂਨ ਨੇ ਰੱਦ ਕਰਵਾਉਣੇ ਕਾਨੂੰਨ ਨੇ। ਉਹ ਤਿਰੰਗਾ ਲੈ ਕੇ ਚੱਲਣਾ ਚੰਗੀ ਨਹੀਂ ਕੋਈ ਚਾਲ ਹੈ, ਤਿਰੰਗਾ ਲੈ ਕੇ ਚੱਲਣਾ ਚੰਗੀ ਨਹੀਂ ਕੋਈ ਚਾਲ ਹੈ। ਰੋਸ ਮਾਰਚ ਵਿੱਚ ਖਾਲਸਾ ਹੀ ਤੇ ਕਿਸਾਨੀ ਝੰਡਿਆ ਨੇ ਪੇਸ਼ ਹੋਣ ਵਾਸਤੇ ਉਹ ਰੱਦ ਕਰ ਦਿੱਤੇ ਆ। ਇਹ ਕੋਈ ਸਾਡੇ ਤੇ ਆਸਾਨ ਨਹੀਂ ਕੀਤਾ ਰੱਦ ਕਰਕੇ, ਇਹ ਵੈਸੇ ਕੋਈ ਤੁਕ ਬਣਦੀ ਨਹੀਂ ਸੀ ਜੋ ਨਜਾਇਜ਼ ਕੰਮ ਕਰਕੇ ਹੁਣ ਰੱਦ ਕਰ ਦਿੱਤਾ। ਇਹਦੇ ਵਿੱਚ ਅਸੀਂ ਕੋਈ ਆ ਕਹਿੰਦੇ ਦੋ ਸਾਲ ਬਾਅਦ ਅਸੀਂ ਮਤਲਬ 2 ਸਾਲ ਵੀ ਦੇ ਦਿੰਦੇ ਹਾਂ, ਹੋਲਡ ਕਰ ਦਿੰਦੇ ਹਾਂ। ਉਹ ਇਹਨਾਂ ਦਾ ਕੀ ਪਤਾ, ਇਹ ਤਾਂ ਆਟੇ ਦੀਆਂ ਗੰਨੀਆਂ। ਕਿਸਾਨੀ ਅੰਦੋਲਨ ਹੁਣ ਤਾਂ ਸਿਖਰਾਂ ਤੇ ਪਹੁੰਚ ਚੁੱਕਿਆ ਹੈ। ਪਿਛਲੇ 6 ਮਹੀਨਿਆਂ ਤੋਂ ਕਿਸਾਨ ਖੇਤੀ ਵਿਰੋਧੀ ਕਾਨੂੰਨਾਂ ਖਿਲਾਫ ਦੇਸ਼ ਭਰ ਵਿੱਚ ਧਰਨਿਆਂ ਤੇ ਬੈਠੇ ਨੇ ਤੇ ਕੜਾਕੇ ਦੀ ਠੰਡ ਵਿੱਚ ਸੜਕਾਂ ਤੇ ਬੈਠੇ ਸਰਕਾਰ ਖਿਲਾਫ ਰੋਸ ਜ਼ਾਹਿਰ ਕਰ ਰਹੇ ਨੇ। ਪਰ ਸਾਡੀ ਸੁੱਤੀ ਸਰਕਾਰ ਹਲੇ ਤੱਕ ਨਹੀਂ ਜਾਗੀ ਤੇ ਹਰ ਵਾਰ ਮੀਟਿੰਗਾਂ ਤੇ ਮੀਟਿੰਗਾਂ ਦਾ ਸੱਦਾ ਦੇ ਕੇ ਬੇਨਤੀਜਾ ਮੀਟਿੰਗ ਖਤਮ ਹੋ ਜਾਂਦੀ ਹੈ। ਪਰ ਉਧਰ ਹੀ ਕਿਸਾਨਾਂ ਦੇ ਹੌਂਸਲਿਆਂ ਉਹਨਾਂ ਦੀ ਹਿੰਮਤ ਦੀ ਦੇਸ਼ਾਂ ਵਿਦੇਸ਼ਾਂ ਵਿੱਚ ਸਿਫਤਾਂ ਹੋ ਰਹੀਆਂ ਨੇ। ਹਰ ਪਾਸੇ ਲੋਕ ਕਿਸਾਨਾਂ ਦੇ ਹੱਕ ਵਿੱਚ ਪ੍ਰਚਾਰ ਕਰ ਰਹੇ ਨੇ। ਕਿਤੇ ਕੋਈ ਤਾਜ ਮਹਿਲ ਜਹਾਜ਼ ਵਿੱਚ ਜਾ ਕੇ ਕਿਸਾਨੀ ਅੰਦੋਲਨ ਦਾ ਹੌਕਾ ਦੇ ਰਿਹਾ ਤੇ ਕਿਤੇ ਕੋਈ ਆਪਣਾ ਸਮਰਥਨ ਦੇਣ ਲਈ ਪੈਦਲ ਸਾਈਕਲਾਂ ਰਾਹੀਂ ਦਿੱਲੀ ਵੱਲ ਨੂੰ ਰਵਾਨਾ ਹੋ ਗਿਆ। ਉਧਰ ਹੀ ਹੁਣ ਇੱਕ ਰੂਹ ਨੂੰ ਖੁਸ਼ ਕਰ ਦੇਣ ਵਾਲੀ ਵੀਡੀਓ ਸਾਡੇ ਸਾਹਮਣੇ ਆਈ ਹੈ, ਜਿਸ ਵਿੱਚ ਇੱਕ ਸਰਦਾਰ ਗਲੇ ਵਿੱਚ ਕਿਸਾਨਾਂ ਦੇ ਹੱਕ ਦੇ ਪੋਸਟਰ ਪਾ ਕੇ ਸੜਕਾਂ ਤੇ ਪ੍ਰਚਾਰ ਕਰ ਰਿਹਾ। ਇਸ ਸਰਦਾਰ ਨੇ ਹਲੇ ਵੀ ਅਣਜਾਣ ਬਣ ਰਹੇ ਲੋਕਾਂ ਦੀਆਂ ਅੱਖਾਂ ਖੋਲ੍ਹ ਦਿੱਤੀਆਂ ਨੇ। ਆਪਣੇ ਤਿੱਖੇ ਸ਼ਬਦਾਂ ਵਿੱਚ ਜਿੱਥੇ ਮੋਦੀ ਸਰਕਾਰ ਨੂੰ ਲਾਣਤਾਂ ਪਾਈਆਂ ਨੇ, ਉੱਥੇ ਕਿਸਾਨਾਂ ਦੀ ਹਿੰਮਤ, ਉਹਨਾਂ ਦੀ ਸਮਝ ਤੇ ਸਿਫਤਾਂ ਦੇ ਫੁੱਲ ਬਣ ਦਿੱਤੇ। ਸਰਦਾਰ ਦਾ ਕਹਿਣਾ ਹੈ ਕਿ ਸਬਰ ਸੰਤੋਖ ਵਿੱਚ ਰਹਿ ਕੇ ਤਾਨਾਸ਼ਾਹੀ ਸਰਕਾਰ ਨੂੰ ਝੁਕਾ ਕੇ ਰਹਿਣਾ ਤੇ 26 ਜਨਵਰੀ ਨੂੰ ਮੋਦੀ ਸਰਕਾਰ ਨੂੰ ਹਿਲਾ ਕੇ ਰਹਿਣਾ ਤੇ ਸਰਕਾਰ ਡਰ ਕੇ ਇਹਨਾਂ ਕਾਨੂੰਨਾਂ ਨੂੰ ਜ਼ਰੂਰ ਰੱਦ ਕਰੇਗੀ। ਅੱਜ ਤੁਸੀਂ ਵੀ ਸੁਣੋ ਇਸ ਬਜ਼ੁਰਗ ਦੀ ਲਲਕਾਰ। ਸਾਡੇ ਵਾਸਤੇ ਕੀ ਨਹੀਂ ਕੀਤਾ, ਛੋਟੀ ਉਮਰ ਵਿੱਚ ਪਿਤਾ ਜੀ ਦਾ ਬਲਿਦਾਨ ਦਿੱਤਾ, ਜਦਕਿ ਅੱਜ ਉਹੀ ਅਕਿਰਤ ਕਰਨ ਲੋਕ ਵਿਸਾਰ ਗਏ ਨੇ ਤਾਂ ਉਹ ਸਿੱਖੀ ਦਾ ਮਲੀਆ ਮੇਟ ਕਰਨ ਨੂੰ ਤੁਲੇ ਹੋਏ ਨੇ, ਕਿਉਂਕਿ ਸਿੱਖ ਪੰਥ ਦੇ ਮੁੱਢਲੇ ਅਸੂਲ ਨੇ ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਅੱਜ ਕਿਸਾਨਾਂ 'ਤੇ ਪਾਬੰਦੀ ਲਾ ਕੇ, ਅੱਜ ਕਿਸਾਨਾਂ ਦੀਆਂ ਜ਼ਮੀਨਾਂ 'ਤੇ ਕਾਰਪੋਰੇਟਰ ਘਰਾਣਿਆਂ ਦੇ ਹੱਕ ਪੈਦਾ ਕਰਨ ਲਈ ਮਨਸੂਬੇ ਕਰੇ ਜਾ ਰਹੇ ਨੇ। ਇਹ ਤਿੰਨੇ ਕਾਨੂੰਨ ਇਸੇ ਹੀ ਸੰਦਰਭ ਵਿੱਚ ਨੇ ਕਿ ਕਿਸਾਨਾਂ ਤੋਂ ਮਾਲਕੀ ਦੇ ਹੱਕ ਖੋਏ ਜਾਣ, ਉਹ ਹੱਕ ਆਪਣੇ ਆਪ ਹੀ ਖੁੱਸ ਜਾਣੇ ਨੇ। ਜਦ ਮਾਰਕੀਟਿੰਗ ਰਹਿ ਨਹੀਂ ਗਈ, ਮੰਡੀ ਰਹਿ ਨਹੀਂ ਗਈ ਅਤੇ ਕਾਰਪੋਰੇਸ਼ਨ ਹੱਥੀ ਜਾਣਾ ਹੈ ਸਾਰਾ ਕੁਛ। ਇਸ ਕਰਕੇ ਕਿਰਤ ਕਰੋ ਦਾ ਵੀ ਇਹ ਨਹੀਂ ਸਿਧਾਂਤ ਖੋਲ੍ਹਿਆ ਕਿ ਆਪ ਆਪਣੀ ਆਜ਼ਾਦੀ ਨਾਲ ਕਿਰਤ ਨਹੀਂ ਕਰ ਸਕਦੇ, ਗੁਲਾਮ ਹੋ ਕੇ ਕਿਰਤ ਕਰੋਗੇ। ਨਾਮ ਜਪੋ, ਨਾਮ ਜਪਣ 'ਤੇ ਵੀ ਇੱਕ ਕਿਸਮ ਦੀ ਪਾਬੰਦੀ ਹੀ ਹੈ, ਕਿਉਂਕਿ ਗੁਰਦੁਆਰਿਆਂ ਵਿੱਚ ਚੱਲਦੇ ਬਾਣੀ ਦੇ ਪ੍ਰਵਾਹ ਨੂੰ ਸਪੀਕਰਾਂ ਰਾਹੀਂ ਅੱਗੇ ਘਰ ਘਰ ਪਹੁੰਚਾਇਆ ਜਾਂਦਾ ਸੀ। ਜੋ ਨਹੀਂ ਵੀ ਆ ਸਕਦਾ ਗੁਰਦੁਆਰਾ ਸਾਹਿਬ ਉਹ ਸੁਣਦਾ ਸੀ, ਅਤੇ ਹਾਲੀ ਹਲ ਬਹੁੰਦੇ ਵੀ ਗੁਰੂ ਨਾਲ ਜੁੜਦੇ ਸੀ, ਉਹ ਵੀ ਬੰਦ ਕਰ ਦਿੱਤਾ। ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਵੰਡ ਛਕੋ ਦੇ ਸਥਾਨ 'ਤੇ ਜਦੋਂ ਤੇ ਇਹਨਾਂ ਨੂੰ ਪੈਸਾ ਜਾਂਦਾ ਆ ਉਦੋਂ ਕੋਈ ਉੱਤੇ ਇਨਕੁਆਰੀ ਨਹੀਂ, ਅਤੇ ਜੇ ਸਿੱਖ ਦਸਵੰਧ ਕੱਢ ਕੇ ਕਿਸੇ ਵਿਅਕਤਾ 'ਤੇ ਜਿੱਥੇ ਸਰਕਾਰ ਨੂੰ ਦੁੱਖ ਲੱਗਦਾ ਹੋਵੇ ਉੱਥੇ ਪੈਸਾ ਜੇ ਭੇਜਦੇ ਆ ਤਾਂ ਫਿਰ ਉਹਦੀ ਇਨਕੁਆਰੀ। ਸੋ ਇਹ ਤਿੰਨੇ ਸਿਧਾਂਤਾਂ 'ਤੇ ਹਮਲਾ ਹੈ, ਇਸ ਕਰਕੇ ਧਰਮ 'ਤੇ ਵੀ ਹਮਲਾ ਹੈ। ਸੋ ਸਾਨੂੰ ਉਸ ਗੁਰੂ ਜੀ ਨੇ ਆਪਣੇ ਪਰਿਵਾਰ ਵਾਰ ਕੇ ਇਸ ਯੋਗ ਬਣਾ ਦਿੱਤਾ ਕਿ ਅਸੀਂ ਜ਼ੁਲਮ ਦਾ ਟਾਕਰਾ ਕਰ ਸਕੀਏ, ਤੂੰ ਅੱਜ ਜ਼ੁਲਮ ਦਾ ਟਾਕਰਾ ਕਰਨ ਲਈ ਤੁਸੀਂ ਦਿੱਲੀ ਆ ਕੇ ਬੈਠ ਗਏ ਹੋ। ਸੋ ਬਾਕੀ ਅੱਜ ਦੇ ਦਿਨ ਰਾਸ਼ਟਰਪਤੀ ਜੋ ਜਿੱਤ ਕੇ ਆਏ ਨੇ ਉਹਨਾਂ ਦਾ ਅੱਜ ਸੈਲੀਬ੍ਰੇਸ਼ਨ ਹੈ, ਉਹਨਾਂ ਦਾ ਅੱਜ ਪਹਿਲਾ ਦਿਨ ਹੈ ਜੋ ਬਾਇਡਨ ਦਾ, ਅਤੇ ਅੱਜ ਸੈਰੇਮਨੀ ਹੋ ਰਹੀ ਹੈ। ਉਹਨਾਂ ਨੂੰ ਮੈਂ ਲੱਖ ਲੱਖ ਵਧਾਈ ਦਿੰਦਾ ਹਾਂ ਨਵੀਂ ਸਰਕਾਰ ਨੂੰ। ਸਰਬੱਤ ਖਾਲਸਾ ਮੋਰਚੇ ਵੱਲੋਂ ਉਮੀਦ ਹੈ
अते गुरु साहब अगे अरदास बेनती करते हाँ कि वह सारे संसार नू एक रखण लई अपना योगदान पाउण ते जिन्हां लोकां ने उन्हां नू चुनिया है उन्हां दीआं भावनावां ते पूरे उतरदे होए सुख शांति दा सुनेहा देण ते अमेरिका दे बसंदियां नू भी एकता विच परोई रखण। मैं उन्हां लई बेनती अरदास करदा हाँ, सो उन्हां नू बधाई भी दिंदा हाँ। बाकी रही गल नौजवानों, मैं एक कुछ शेर के रूप में दसना चाहता हाँ आप जी ने भी। गुरनाम सिंह की दहाड़ ने, गुरनाम सिंह टूनी की दहाड़ ने, पत्थर अखाड़ ने, नौजवानों के जनून ने, रद्द करवाने कानून ने, वह तिरंगा लेके चलना चंगी नहीं कोई चाल है, तिरंगा लेके चलना चंगी नहीं कोई चाल है। रोस मार्च विच खालसा ते किसानी झंडिया नाल बनना जलाल है। छब्बी दे रोस मार्च विच किसानी झंडे ते केसरी निशान साहब जिन्हां ने तुहानू इत्थे तक पहुंचाया है उन्हां नाल ही जलाल बनना है। ये अज मान लो चाहे कल मान लो। बाकी नौजवानों, सबर सिदक ते संजम अगे बड़ियां बड़ियां ताकतां हार जांदियां ने। तुसी सबर ते संजम विच रह के ये मोदी सरकार दे जिहड़ा तानाशाही कानून ने, किसान मारू कानून है, इन्हां नूं रद्द करवाउणा है। सबर ते संजम दे विच रह के ये जिन्ना मर्जी तुहाडे ते 26 तरीक नूं तशद्दद कर लैण, तुसी नौजवानों पिछे नहीं हटना। ये शांति मोहरे तुहाडे सबर ते सिदक दे मोहरे ये मोदी सरकार नूं अटल हारना पवेगा, क्योंकि जदों तुसी हथ नहीं चकोगे ते बड़ियां बड़ियां सरकारां भी तुहाडे समर्थन ते आ जाणगियां, नहीं तो ये RSS इहदियां चालां ने तुहानूं इस तरह करनगे। इन्हां ने विच बंदे छड्डे होए ने, तुहानूं गमराह करनगे। ये सिखां दे भेस विच भी हो सकदे ने। सो कल इन्हां दी इक चिट्ठी लीक होई आ बिशर्मा दी, जिहदे विच इन्हां ने कहा आ भी जो असीं मर्जी करोंगे तुसीं तुहाडे ते कोई केस नहीं दर्ज होगा। इन्हां ने RSS नूं ते BJP नूं आवाज़ दित्ती आ कल दी चिट्ठी दे विच, जग जार हो गई आ। इन्हां ने कहा आ भी तुसीं इस 26 तरीक दे प्रोटेस्ट नूं रोकण लई जो भी करोंगे, चाहे किसानां दा नुकसान करो, उहदा मतलब सीधा सीधा आ भी चाहे किसानां दा नुकसान करो, तुहाडे ते कोई परचा नहीं सरकार दर्ज करू। देखो किड्डे पापी आ जालम आ लोक, इन्हां हथ राज भाग आया है, ये उही निशानियां राज भाग दियां। तां ही इह जो मर्जी करन कहिंदे साडे ते कानून लागू नहीं होणगे। ते किसान जे अपनी दसां नौहां दी किरत करके कोई पैसा भेजदा है समाज लई ते उहनां दीआं इनकुआरियां होणगीआं। बाकी अज मैनूं पता लगा है कि खालसा एड दे जिहड़े नोटिस भेजे सीगे इन्हां ने पेश होण वास्ते, उह रद्द कर दित्ते आ। इह कोई साडे ते आसान नहीं कीता रद्द करके, ये वैसे कोई तुक बनती नहीं सी जो नजायज काम करके हुण रद्द कर दिता। ये असी कोई सलौत नहीं करांगे इन्हां दीआं कोझियां चालां ही आ। सो खबरदार रहना नौजवानों, 26 तरीक नूं तुसी शांतमई ट्रैक्टर लै के इत्थे आ के घेरा पाउणा है। आगूआं दे जो आ हुक्म उहनां नूं नाल लै के चलना, ते जे कोई उह हुक्म गलत भी दिंदे उहनां नूं दलील नाल समझाउणा। कोई एक दूजे नाल गाली गलोच करके नहीं समझाया जाना चाहीदा, साडे नालों फिर लोग टुटदे आ। सो नौजवानों पिंडां विच्चों कट करके आओ, दिल्ली नूं घेरा पाओ, शांतमई रहना है। कोई इस तरह की असी कोई हुल्लड़बाज नहीं गे, असी शांति दे मसीह हां बराशते। कोई सानू जे गर्म ना करे, जे साडे थले अग बालनी आ तां जिम्मेवारी सरकार की होगी, तो फिर एवं अतवादी वक्खवादी दे लेवल लाउण दी लोड़ नहीं गी। अतवादी ये लोग आ जिहड़े पहले चिट्ठियां कढ रहे आ कि उस दिन ते असी कुछ भी कर सकते हाँ, ये तुहानू वार्निंग है। ते तुसी सबर ते संजम नाल इस दा टाकरा करना है। बाकी मैं उन्हां भैण भरावां दी बहुत ही शलाघा करदा हाँ जिहड़े मोर्चे च दा, इस खालसा मोर्चे दा, 1.25 लाख मोर्चे दा घरां बैठे समर्थन करदे ने, ते तुहाडा बहुत बहुत धन्नवाद आ। इस तरह उत्साहित करदे रहा करो। सो ठंड दा मौसम है,
जो घरों भी तुसी ये सेवा निभा रहे हो, ये ऑनलाइन भी सेवा निभा रहे हो, सरकार नूं लानता पा रहे हो, ये तुहाडी सेवा कबूल होवेगी। सो आओ रल मिल के किसानां दा साथ दईए ते उदों तक दिंदे रहिए जदों तक किसान मोर्चा जित के नहीं जांदा, क्योंकि हक्की मंगां ने नजायज मंग इहदे विच कोई भी नहीं। सरकार चालां खेडदी आ, कहिंदे दो साल बाद असीं मतलब 2 साल भी दे दिंदे आ, होल्ड कर लैंदे आ। ਉਹ ਇਹਨਾਂ ਦਾ ਕੀ ਪਤਾ, ਇਹ ਤਾਂ ਆਟੇ ਦੀਆਂ ਗਊਆਂ। ਗੁਰੂ ਸਾਹਿਬ ਜੀ ਨੂੰ ਜਦੋਂ ਆਨੰਦਪੁਰ ਸਾਹਿਬ ਤੋਂ ਇਹਨਾਂ ਨੇ ਵਿਦਾ ਹੋਣ ਲਈ ਕਿਹਾ ਸੀ ਤੇ ਆਟੇ ਦੀਆਂ ਗਊਆਂ ਬਣਾ ਕੇ ਲੈ ਕੇ ਆਏ ਸੀਗੇ, ਤੇ ਇਹਨਾਂ ਦਾ ਕੋਈ ਇਤਬਾਰ ਨਹੀਂ ਕਰਨਾ ਚਾਹੀਦਾ। ਜਿੰਨਾ ਚਿਰ ਕਾਨੂੰਨ ਰੱਦ ਨਹੀਂ ਹੁੰਦੇ ਉਨਾ ਚਿਰ ਤੁਸੀਂ ਦਿੱਲੀ ਤੋਂ ਨਹੀਂ ਜਾਣਾ ਹੈਗਾ। ਇਹ ਬੇਨਤੀ ਹੈ, ਅਸੀਂ ਇੱਥੋਂ ਅਮਰੀਕਾ ਤੋਂ ਤੁਹਾਡੇ ਨਾਲ ਹਾਂ। ਅਮਰੀਕਾ ਦੀਆਂ ਵੱਖ ਵੱਖ ਜਥੇਬੰਦੀਆਂ ਆਪਣੇ ਆਪਣੇ ਤਰੀਕੇ ਨਾਲ ਪ੍ਰੋਗਰਾਮ ਲੀਕਦੀਆਂ ਰਹਿੰਦੀਆਂ ਨੇ, ਉਹਨਾਂ ਦਾ ਵੀ ਧੰਨਵਾਦ ਹੈ। ਤੇ ਦਾਸ ਨੇ 1.25 ਲੱਖ ਨਾਲ ਖਾਲਸੇ ਦੇ ਨਾਂ ਤੇ ਮੋਰਚਾ ਲਾਇਆ ਹੈ ਹੋਇਆ ਹੈ। ਇਸ ਵਿੱਚ ਵੀ ਜਿਹੜੇ ਭਰਾ ਇੱਥੇ ਆ ਕੇ ਹਾਜ਼ਰੀ ਲਵਾਉਂਦੇ ਨੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ, ਤੇ ਜੋ ਘਰੋਂ ਹਾਜ਼ਰੀ ਲਵਾਉਂਦੇ ਨੇ ਉਹਨਾਂ ਦਾ ਵੀ ਧੰਨਵਾਦ ਹੈ। ਇਸ ਤਰ੍ਹਾਂ ਸ਼ੇਅਰ ਕਰਦੇ ਰਿਹਾ ਕਰੋ, ਤੇ ਆਪਾਂ ਮੋਦੀ ਸਰਕਾਰ ਨੂੰ ਲਲਕਾਰਦੇ ਰਹੀਏ। ਇਹ ਤੁਹਾਡੇ ਸਹਿਯੋਗ ਦੀ ਬਹੁਤ ਜ਼ਰੂਰਤ ਹੈ, ਸੋ ਸਹਿਯੋਗ ਦਿੰਦੇ ਰਹੋ, ਇਸੇ ਤਰ੍ਹਾਂ ਹੀ ਆਪਾਂ ਲਲਕਾਰਦੇ ਰਵਾਂਗੇ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਹੁਣ ਬਾਅਦ ਵਿੱਚ ਸਿਮਰਨ ਵਿੱਚ ਜੁੜਦੇ ਹਾਂ, 10ਵੇਂ ਪਾਤਸ਼ਾਹ ਦੇ ਗੁਣ ਗਾਉਂਦੇ ਹਾਂ। ਇੰਨੀਆਂ ਹੀ ਬੇਨਤੀਆਂ ਦੇ ਨਾਲ ਆਓ ਕੁਝ ਨਾਅਰੇ ਵੀ ਲਾਈਏ। ਮੋਦੀ ਗਵਰਨਮੈਂਟ ਛੇਮ ਛੇਮ, ਮੋਦੀ ਗਵਰਨਮੈਂਟ ਛੇਮ ਛੇਮ। ਵੀ ਸਪੋਰਟ ਫਾਰਮਰ, ਵੀ ਸਪੋਰਟ ਫਾਰਮਰ, ਨੋ ਫਾਰਮਰ ਨੋ ਫੂਡ, ਨੋ ਫਾਰਮਰ ਨੋ ਫੂਡ, ਨੋ ਫਾਰਮਰ ਨੋ ਫੂਡ। ਮੋਦੀ ਗਵਰਨਮੈਂਟ ਛੇਮ ਛੇਮ, ਮੋਦੀ ਗਵਰਨਮੈਂਟ ਛੇਮ ਛੇਮ, ਮੋਦੀ ਗਵਰਨਮੈਂਟ ਛੇਮ ਛੇਮ। No farmers, no food. No farmers, no food. No farmers, no food. Bole Sonihal, Sat Sri Akal. ਸਰਦਾਰ ਦਾ ਕਹਿਣਾ ਹੈ ਕਿ 2 ਸਾਲ ਕਾਨੂੰਨ ਹੋਲਡ ਕਰਨ ਦਾ ਪ੍ਰਸਤਾਵ ਜੇ ਅਸੀਂ ਹੁਣ ਮੰਨ ਲੈਂਦੇ ਹਾਂ ਤਾਂ ਕੀ ਭਰੋਸਾ ਹੈ, ਇਹ ਆਪਣੀ ਜ਼ੁਬਾਨ ਤੇ ਪੱਕੇ ਰਹਿਣਗੇ। ਹੁਣ ਕਾਨੂੰਨ ਹੋਲਡ ਨਹੀਂ ਰੱਦ ਕਰਵਾ ਕੇ ਪੱਕਾ ਕੰਮ ਕਰਵਾ ਕੇ ਵਾਪਸ ਪੰਜਾਬ ਪਰਤਾਂਗੇ। ब्यूरो रिपोर्ट, एवी न्यूज़, पंजाबी।